ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਗਿੱਲ ਪੰਜਾਬੀ ਫੂਡ ਫੈਕਟਰੀ 'ਤੇ ਬਹੁਤ ਜ਼ਿਆਦਾ ਸਵਾਗਤ ਹੈ ਜੀ। ਅੱਜ ਦਾ ਜਿਹੜਾ ਆਪਣਾ ਬਲੌਗ ਹੈ, ਇਹ ਸੰਡੇ ਦਾ ਬਲੌਗ ਹੈ ਜੀ। ਆਪਾਂ ਸੰਡੇ ਨੂੰ ਜਿਹੜਾ ਸ਼ੂਟ ਕੀਤਾ ਸੀ ਬਲੌਗ, ਸੋ ਹਰਫ ਵੀ ਕਰੇ ਸੀਗਾ ਸੰਡੇ ਨੂੰ, ਅਤੇ ਹਰਫ ਆਪਣੇ ਪਾਪਾ ਦੀ ਜਿਹੜੀ ਹੈਲਪ ਕਰਾ ਰਿਹਾ, ਗੱਡੀ ਵਾਸ਼ ਕਰਦੇ ਸੀ ਕਿਉਂਕਿ ਪਿਛਲੇ ਕੁਛ ਦਿਨਾਂ ਤੋਂ ਜਿਹੜੀ ਬਾਰਿਸ਼ ਹੋ ਰਹੀ ਸੀਗੀ ਅਤੇ ਫਿਰ ਕਾਰ ਕਾਫੀ ਗੰਦੀ ਹੋ ਗਈ ਸੀ, ਸੋ ਇਹ ਕਹਿੰਦੇ ਵੀ ਆਪਾਂ ਧੋ ਦਿੰਦੇ ਹਾਂ। ਅਤੇ ਆਪਣੀ ਕੋਈ ਵੀ ਚੀਜ਼ ਹੈ ਜੀ, ਆਪਾਂ ਸੰਭਾਈ ਜ਼ਰੂਰ ਰੱਖਦੇ ਹਾਂ ਆਪਣੀ ਚੀਜ਼ ਦੀ, ਅਤੇ ਸੰਭਾਈ ਦੇ ਸਿਰ 'ਤੇ ਚੀਜ਼ ਹੁੰਦੀ ਆ ਜਿਹੜੀ ਕਿ ਲੰਬਾ ਸਮਾਂ ਟਿਕੀ ਰਹਿੰਦੀ ਹੈ ਅਤੇ ਵਧੀਆ ਉਹਦੀ ਕੰਡੀਸ਼ਨ ਪਈ ਰਹਿੰਦੀ ਹੈ ਚੀਜ਼ ਦੀ। ਸੋ ਇਹੀ ਘਰ ਦੇ ਨਿੱਕੇ ਮੋਟੇ ਕੰਮ ਸੀਗੇ ਜੀ। ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗਦੀ ਆ ਤਾਂ ਪਲੀਜ਼ ਤੁਸੀਂ ਮੇਰੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਅਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਆਪਣੇ ਫੈਮਿਲੀ ਦੇ ਫਰੈਂਡਸ ਨਾਲ, ਅਤੇ ਕਮੈਂਟ ਕਰਕੇ ਜ਼ਰੂਰ ਨੀਚੇ ਮੈਨੂੰ ਦੱਸਿਆ ਕਰੋ ਵੀ ਤੁਹਾਨੂੰ ਮੇਰੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਜੀ। ਸੋ ਥੈਂਕ ਯੂ ਸੋ ਮੱਚ ਜੀ, ਅਤੇ ਤੁਸੀਂ ਵੀਡੀਓ ਨੂੰ ਇੰਜੋਏ ਕਰੋ। ਹਰਪ ਸਾਰਾ ਲਿਬੜੀ ਜਾਂਦਾ ਪੁੱਤ, ਤੂੰ ਫਿਰ ਬਿਮਾਰ ਹੋ, ਮੈਂ ਕਿਹਾ ਠੰਡੇ ਪਾਣੀ ਨਾਲ। ਝਾੜੂ ਕਿੱਥੇ ਰੱਖਤਾ? ਇੱਥੋਂ ਗੱਡੀ ਕੱਢੀ ਦੇ ਦਿੱਤਾ ਜਾਂ ਪੈਦਲ ਝਾੜੂ ਮਾਰਦੇ? ਕਿੱਥੇ ਝਾੜੂ ਕਿੱਥੇ ਰੱਖਿਆ ਤੂੰ? ਅੰਦਰ ਰੱਖਦਾ? ਬਾਹਰ ਬੈਠ ਨਹੀਂ ਪੀਓਗੇ ਚਾਹ ਕੇ? ਥੱਲੋ ਲਾਤਾ ਗਾਰਾ ਜਾ ਪ੍ਰੈਸ਼ਰ ਮਾਰ ਕੇ?
आलू मटर बनाने की गाजरा मटर ਲਾਓ ਕੱਟੀ ਭੱਜਿਆ ਨਹੀਂ ਸੀ ਤੇਰੇ ਨਾਲ ਤੇ।